ਇਹ ਰੂਕੰਬਾਊ ਤਸਵੀਰਾਂ ਅਬੋਹਰ ਫਾਜ਼ਿਲਕਾ ਰੋਡ ਤੋਂ ਸਾਹਮਣੇ ਆ ਰਹੀਆਂ ਨੇ। ਦੱਸਿਆ ਜਾ ਰਿਹਾ ਹੈ ਕਿ ਪਿੰਡ ਨਿਹਾਲ ਖੇੜਾ ਦੇ ਨੇੜੇ ਇਹ ਟੈਂਪੂ ਪਲਟ ਗਿਆ ਤੇ ਤਸਵੀਰਾਂ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈਆਂ। ਹਾਲਾਂਕਿ ਗਨੀਮਤ ਇਹ ਰਹੀ ਕਿ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ, ਪਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿੱਥੇ ਟੈਂਪੂ ਪਲਟਿਆ ਉੱਥੋਂ 10 ਕੁ ਮਿੰਟ ਪਹਿਲਾਂ ਸਕੂਲੀ ਬੱਚਿਆਂ ਦੀ ਵੈਨ ਖੜੀ ਸੀ। ਤਾਂ ਕਹਿ ਸਕਦੇ ਹਾਂ ਕਿ ਇੱਕ ਵੱਡਾ ਹਾਦਸਾ ਵਾਪਰਨ ਤੋਂ ਟਲ ਗਿਆ। ਪਰ ਜਿਸ ਤਰ੍ਹਾਂ ਇਹ ਟੈਂਪੂ ਪਲਟਿਆ ਉਸਦੇ ਨਾਲ ਟੈਂਪੂ ਦਾ ਜਿਹੜਾ ਡਰਾਈਵਰ ਸੀ ਉਹ ਵੀ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ, ਜਿਸ ਨੂੰ ਪਹਿਲਾਂ ਅਬੋਹਰ ਦੇ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ, ਜਿੱਥੇ ਉਸਦੀ ਹਾਲਤ ਕਾਫੀ ਨਾਜ਼ੁਕ ਦੱਸੀ ਜਾ ਰਹੀ ਸੀ, ਜਿਸ ਤੋਂ ਬਾਅਦ ਉਸਨੂੰ ਗੰਗਾਨਗਰ ਦੇ ਹਸਪਤਾਲ 'ਚ ਰੈਫਰ ਕਰ ਦਿੱਤਾ। ਆਓ ਹੁਣ ਸੁਣਦੇ ਹਾਂ ਹਾਦਸਾ ਅੱਖੀ ਦੇਖਣ ਵਾਲੇ ਲੋਕਾਂ ਦਾ ਕੀ ਕਹਿਣਾ ਹੈ। ਹਾਂਜੀ ਸਰ, ਕੀ ਨਾਮ? ਰਾਜੇਸ਼ ਸ਼ਾਨਾ। ਸਰ, ਇਹ ਜਿਹੜਾ ਐਕਸੀਡੈਂਟ ਹੋਇਆ ਇਹਦੇ ਬਾਰੇ ਕੀ ਜਾਣਕਾਰੀ? ਅਬੋਹਰ ਤੋਂ ਆ ਰਿਹਾ ਸੀ ਟੈਂਪੂ, ਇਧਰੋਂ ਕੋਈ ਕੈਂਟਰ ਨਿਆਲ ਖੜੇ ਦੇ ਮੁੜੀ, ਉਹਨਾਂ ਤੋਂ ਕੰਟਰੋਲ ਹੋਇਆ ਨਹੀਂ, ਉਹ ਗਲੋਟੀਆਂ ਖਾਂਦਾ ਚਾਰ ਆ ਗਿਆ ਅਤੇ ਦੋ ਤਿੰਨ ਸਾਧਨ ਹੈਗੇ ਸੀ, ਐਕਟੀਵਾ ਅਤੇ ਦੋ ਮੋਟਰਸਾਈਕਲ, ਉਹ ਥੱਲੇ ਆ ਗਏ ਨੇ ਅਤੇ ਇੱਕ ਵਿੱਚੋਂ ਦੇ ਬੰਦਾ ਹੈਗਾ ਸੀ ਉਹਦੇ ਸੱਟਾਂ ਸੱਟਾਂ ਵੱਜੀਆਂ, ਉਹਨੂੰ ਅਬੋਹਰ ਲੈ ਕੇ ਰੈਫ ਉਹਨਾਂ ਨੇ ਗੰਗਾ ਰੈਫਰ ਕਰਤਾ। ਕਿਸ ਤਰ੍ਹਾਂ ਦਾ ਨੁਕਸਾਨ ਹੋਇਆ? ਸਭ ਨਾਲ ਨੁਕਸਾਨ ਹੀ ਹੈ, ਜਾਨੀ ਮਾਲੀ ਨੁਕਸਾਨ ਤੋਂ ਬਚ ਗਿਆ ਕੰਮ, ਹੋ ਸਕਦਾ ਸੀ ਉਹ 10-15 ਮਿੰਟ ਪਹਿਲਾਂ ਹੋ ਜਾਂਦਾ ਹੈ ਕੰਮ, ਅਤੇ ਹੋ ਸਕਦਾ ਹੈ ਬੱਚੇ ਖੜ੍ਹੇ ਹੁੰਦੇ ਸਕੂਲ ਵਾਲੇ, ਵੀ ਵੱਡਾ ਹਾਦਸਾ ਹੋ ਸਕਦਾ, ਬਹੁਤ ਵੱਡਾ ਹਾਦਸਾ ਹੋ ਸਕਦਾ, ਬੱਚਤ ਹੋ ਗਈ। ਅਬੋਹਰ ਤੋਂ ਬਲਜੀਤ ਸਿੰਘ ਮੱਲੀ ਦੀ ਰਿਪੋਰਟ। ਫਗਵਾੜੇ ਦਾ ਸਿੰਘ ਟ੍ਰੋਨਿਕ ਪੰਜਾਬ ਵਿੱਚ ਸਭ ਤੋਂ ਸਸਤਾ ਬਣਿਆ ਮੋਬਾਈਲਾਂ ਦਾ ਸਟੋਰ, ਜਿੱਥੇ ਐਪਲ, ਸੈਮਸੰਗ, ਵੀਵੋ, ਓਪੋ, ਰੀਅਲਮੀ, ਐਮਆਈ ਦੇ ਫੋਨ ਆਨਲਾਈਨ ਨਾਲੋਂ ਵੀ ਸਸਤੇ ਮਿਲਦੇ ਹਨ। ਇੱਥੇ ਕੋਈ ਵੀ ਨਵਾਂ ਫੋਨ ਖਰੀਦੋ, ਨਾਲ ਪਾਓ ਫ੍ਰੀ ਗਿਫਟ। ਗ੍ਰਾਹਕ ਦਾ ਸਮਾਂ ਬਚਾਉਂਦੇ ਹੋਏ ਸਿਰਫ 1 ਘੰਟੇ ਦੇ ਅੰਦਰ ਅੰਦਰ ਘੱਟ ਰੇਟਾਂ ਤੇ ਮੋਬਾਈਲ ਰਿਪੇਅਰ ਵੀ ਕੀਤੀ ਜਾਂਦੀ ਹੈ। ਫਗਵਾੜਾ ਦੇ 20 ਕਿਲੋਮੀਟਰ ਦੇ ਏਰੀਆ ਵਿੱਚ ਫਾਈਨੈਂਸ ਦੀ ਸੁਵਿਧਾ ਵੀ ਉਪਲਬਧ ਹੈ। ਸਿੰਗਟ੍ਰੋਨਿਕ ਤੋਂ ਤੁਸੀਂ ਆਸਾਨ ਕਿਸ਼ਤਾਂ ਤੇ ਵੀ ਫੋਨ ਖਰੀਦ ਸਕਦੇ ਹੋ, ਨਾਲ ਮਿਲਣਗੇ ਆਕਰਸ਼ਿਤ ਗਿਫਟ। ਇੱਥੇ ਸੈਕਿੰਡ ਹੈਂਡ ਫੋਨ ਤੇ ਮੋਬਾਈਲਾਂ ਦੀ ਹਰ ਤਰ੍ਹਾਂ ਦੀ ਅਸੈਸਰੀ ਵੀ ਮਿਲਦੀ ਹੈ, ਫਿਰ ਦੇਰ ਕਿਸ ਗੱਲ ਦੀ? ਅੱਜ ਹੀ ਪਹੁੰਚੋ ਸਿੰਗਟ੍ਰੋਨਿਕਸ ਮੋਬਾਈਲਸ ਗੈਜਟਸ ਐਂਡ ਰਿਪੇਅਰ, ਗੁਰੂ ਹਰਗੋਬਿੰਦ ਨਗਰ, ਫਗਵਾੜਾ। ਵਧੇਰੇ ਜਾਣਕਾਰੀ ਲਈ ਕਾਲ ਕਰੋ 98141-0824, 98552-22000।